ਸਿੱਕਲ ਵੀਰੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਫ੍ਰੀ ਕੋਡ ਪਿਜਨ ਕਲੱਬ 04 ਦੇ ਵਿੱਚ ਤੇ ਅੱਜ ਯਾਰ ਬਾਈ ਆਪਣੇ ਘਾ ਵੱਡਾ ਹੋ ਗਿਆ ਸੀਗਾ ਜਿਹੜਾ ਆਪਣਾ ਖੁੱਡਿਆਂ ਦੇ ਅੱਗੇ ਲਾਇਆ ਨਾਲੇ ਤੇ ਇਹ ਕੱਟਦੇ ਆ ਤੁਹਾਨੂੰ ਵਿਖਾਉਣੇ ਆ ਕਾਫੀ ਵੱਡਾ ਹੋਇਆ ਪਿਆ ਤੇ ਨਾਲੇ ਜਿਹੜਾ ਕਬੂਤਰਾਂ ਦਾ ਆਪਾਂ ਰੰਗ ਬਣਾਉਣਾ ਸਸਤਾ ਤੇ ਸੌਖਾ ਤਰੀਕਾ ਉਹ ਤੁਹਾਨੂੰ ਬਣਾ ਕੇ ਦਿਖਾਉਣੇ ਆ ਵੀਡੀਓ ਦੇ ਵਿੱਚ ਹੀ ਤੇ ਜਿਹੜੇ ਨਵੇਂ ਬੱਚੇ ਆਪਣੇ ਤੇ ਇਹ ਵੀ ਤੁਹਾਨੂੰ ਆਪਾਂ ਦਿਖਾਉਣੇ ਆ ਜਿਹੜੇ ਹੁਣ ਆਪਾਂ ਨਵੇਂ ਬੱਚੇ ਛਤਰੀਆਂ ਤੇ ਬਿਠਾਉਣ ਲੱਗੇ ਆ ਤੇ ਆਜੋ ਫਿਰ ਕਰਦੇ ਆਂ ਵੀਡੀਓ ਸ਼ੁਰੂ ਲਓ ਬਈ ਘਾਹ ਦੀ ਕਟਾਈ ਵੀ ਆਪਾਂ ਸ਼ੁਰੂ ਕਰਤੀ ਆ ਨਾਲ ਨਾਲ ਤੇ ਘਾਹ ਕੱਟ ਕੇ ਤੁਹਾਨੂੰ ਫਿਰ ਪੂਰਾ ਵਿਖਾਉਣੇ ਆ ਲਓ ਵੀ ਮਿੱਤਰੋ ਹੋ ਗਈ ਆਪਣੀ ਘਾਹ ਦੀ ਕਟਾਈ ਤਾਂ ਹੋ ਗਈ ਆ ਪੂਰੀ ਡਨ ਜਿਵੇਂ ਪੂਰੀ ਸਫਾਈ ਚ ਹੋ ਗਿਆ ਕੰਮ ਤੇ ਅੱਗੇ ਵਿਖਾਉਣੇ ਤੁਹਾਨੂੰ ਜਿਹੜਾ ਆਪਾਂ ਕਲਰ ਕਰਦੇ ਆਂ ਤਿਆਰ ਆਜੋ ਹਲੋ ਵੀ ਮਿੱਤਰੋ ਆਪਾਂ ਤੁਹਾਨੂੰ ਬਣਾ ਕੇ ਵਿਖਾਉਣੇ ਰੰਗ ਸਸਤਾ ਤੇ ਸੌਖਾ ਤਰੀਕਾ ਰੰਗ ਬਣਾਉਣ ਦਾ ਆਪਾਂ ਕਾਫੀ ਟਾਈਮ ਦੇ ਇਹੀ ਰੰਗ ਲਾਉਣੇ ਆ ਇਹੀ ਬਣਾਉਣੇ ਆ ਘਰੇ ਬਣ ਜਾਂਦਾ ਬਈ ਆਸਾਨੀ ਨਾਲ ਤੇ ਸੌਖਾ ਬਣ ਜਾਂਦਾ ਤੇ ਸਸਤਾ ਤਾਂ ਹੈਗਾ ਹੀ ਆ ਨਾਲ ਤੇ ਉਹ ਤੁਹਾਨੂੰ ਵਿਖਾਉਣੇ ਆ ਬਈ ਕਿਹੜੀਆਂ ਕਿੜੀਆਂ ਚੀਜ਼ਾਂ ਇਹਦੇ ਨਾਲ ਅਟੈਚ ਆ ਮਤਲਬ ਕਿ ਪੈਂਦੀਆਂ ਰੰਗ ਦੇ ਵਿੱਚ ਤੇ ਕਿਹੜਾ ਰੰਗ ਆ ਜ਼ਰੂਰ ਤੁਹਾਨੂੰ ਆਪਾਂ ਦਿਖਾਉਣੇ ਆ ਤੇ ਕਬੂਤਰਾਂ ਦੇ ਬਈ ਆਪਣੀ 100% ਗਾਰੰਟੀ ਆ ਆਪਾਂ ਲਾਉਣੀ ਇਹ ਆ ਕਬੂਤਰਾਂ ਦੇ ਜਿਹੜੇ ਖੰਭ ਆ ਉਹ ਖਰਾਬ ਨਹੀਂ ਹੁੰਦੇਗੇ ਕਦੀ ਵੀ ਇਹ ਰੰਗ ਨਾਲ ਤੇ ਜਿਹੜਾ ਸੁੱਕ ਵੀ ਇਹ ਬਸ 30 ਚਾਲੀਆਂ ਸਕਿੰਟਾਂ ਦੇ ਵਿੱਚ ਸੁੱਕ ਜਾਂਦਾ ਜਾਨੀ ਕਿ ਨਾਲ ਦੀ ਨਾਲ ਹੀ ਇੱਕ ਹਸਾਬ ਦਾ ਸੁੱਕ ਜਾਂਦਾ ਤੇ ਆਜਾ ਆਪਾਂ ਤੁਹਾਨੂੰ ਦਿਖਾਉਣੇ ਆ ਰੰਗ ਦਾ ਇਹ ਆ ਬਈ ਨੇਲਜ਼ ਰਿਮੂਵ ਦੇਖ ਲਓ ਤੁਸੀਂ ਇਹ ਵਧੀਆ ਕੁਆਲਿਟੀ ਦੀ ਨੇਲਜ਼ ਪੇਂਟ ਰਿਮੂਵਰ ਇਹ ਲੈਣੀ ਆ ਤੁਸੀਂ ਵਧੀਆ ਕੁਆਲਿਟੀ ਦੀ ਲੈਣੀ ਆ 6500 65 ਤੋਂ 70 ਰੁਪਏ ਦੀ ਮਿਲ ਜਾਂਦੀ ਆ ਆਮ ਮਾਰਕੀਟ 'ਚ ਤੇ ਹਰੇਕ ਸਟੇਟ ਦੇ ਵਿੱਚ ਵੀ ਮਿਲ ਜਾਂਦੀ ਆ ਜਿਵੇਂ ਆਪਾਂ ਨੂੰ ਯੂਪੀ ਹਰਿਆਣੇ ਵਾਲੇ ਬਾਈ ਦੇਖਦੇ ਹਨ ਤੇ ਇਹ ਤੁਸੀਂ ਲੈ ਸਕਦੇ ਹੋ ਨੇਲਜ਼ ਰਿਮੂਵ ਤੇ ਦੂਜਾ ਨੰਬਰ ਇਹ ਆ ਜਿਹੜੀ ਆਪਾਂ ਲੈਣਾ ਰੰਗ ਇਹ ਲੈਣਾ ਤੁਸੀਂ ਇੱਕ ਗੁਲਾਬੀ ਇੱਕ ਹਰਾ ਇਹ ਥੋੜਾ ਜਿਹਾ ਆਪਣੇ ਕੋਲੇ ਕਾਫੀ ਟਾਈਮ ਦਾ ਆ ਦੇਖੋ ਹਰਾ ਤੇ ਇਹ ਦੇਖੋ ਗੁਲਾਬੀ ਹਰਾ ਤੇ ਗੁਲਾਬੀ ਇਹ ਕਿਸੇ ਵੀ ਜੋ ਪੰਸਾਰੀ ਵਾਲੀ ਦੁਕਾਨ ਤੋਂ ਕਿਸੇ ਵੀ ਸਟੇਟ ਦੇ ਵਿੱਚ ਇਹ ਦੋਨੇ ਰੰਗ ਮਿਲ ਜਾਂਦੇ ਆ ਇਹ ਸਿਰਫ 40-50 ਰੁਪਏ ਦੀ ਡੱਬੀ ਆ ਬਈ ਇਹ ਤੇ ਘੱਟੋ ਘੱਟ ਇਹ 60 ਤੋਂ 70 ਕਬੂਤਰਾਂ ਦੇ ਲੱਗ ਜਾਂਦੀ ਆ ਹੋ ਸਕਦਾ ਜ਼ਿਆਦਾ ਵੀ ਲੱਗ ਜਾਂਦੀ ਹੋਵੇ ਤੇ ਆ ਆਪਣੇ ਪਹਿਲਾ ਰੰਗ ਬਣੇ ਸੀਗੇ ਆਪਾਂ ਹਰਾ ਤੇ ਗੁਲਾਬੀ ਹੀ ਲਾਉਣੇ ਆ ਤੇ ਇਹ ਆਪਣੇ ਕੋਲੇ ਮੁੱਕ ਗਏ ਸੀ ਤੇ ਮੈਂ ਕਿਹਾ ਬਾਈਆਂ ਨੂੰ ਵਿਖਾਉਣੇ ਆਪਾਂ ਰੰਗ ਬਣਾ ਕੇ ਤੇ ਤੁਹਾਨੂੰ ਲਾ ਕੇ ਵੀ ਦਿਖਾਵਾਂਗੇ ਇਸੇ ਵੀਡੀਓ ਦੇ ਵਿੱਚ ਅੱਗੇ ਤੇ ਹੁਣ ਆਪਾਂ ਬਣਾਉਣੇ ਆ ਤੇ ਬਣਾਉਣ ਦਾ ਤਰੀਕਾ ਤੁਹਾਨੂੰ ਦੱਸਦੇ ਆਂ ਬਈ 1 ਮਿੰਟ ਮੈਂ ਵੀਡੀਓ ਰੋਕਣ ਲੱਗਿਆ ਬਣਾਉਣ ਦਾ ਤਰੀਕਾ ਤੁਹਾਨੂੰ ਦੱਸਦੇ ਆਂ ਵੀਡੀਓ ਵੀਰੇ ਤਾਂ ਰੋਕੀ ਸੀ ਤੇ ਇਹਦੇ ਨਾਲ ਢੱਕਣ ਖੋਲਦਾ ਸੀ ਮੈਂ ਤੇ ਆਹ ਦੇਖੋ ਮੜਿਆ ਇਹ ਜਿੱਦਾਂ ਹਰਾ ਰੰਗ ਆ ਇਹਨੂੰ ਕਾਹੇ ਦੇ ਨਾਲ ਥੋੜਾ ਜਿਹਾ ਜਿਵੇਂ ਆ ਥੋੜਾ ਜਿਹਾ ਕਾਹੇ ਦੇ ਨਾਲ ਪਾ ਲੈਣਾ ਐਂ ਠੀਕ ਈ ਸੀ ਜੇ ਥੋੜਾ ਜਿਹਾ ਹੋਰ ਪਾ ਲੋ ਲੋਬੀ ਹਰ ਰੰਗ ਹੋ ਗਿਆ ਆਪਾ گلابی ਪਾ ਲੈਣਾ ਹੈ ਸ਼ੀਸ਼ੀ ਦੇ ਵਿੱਚ ਥੋੜਾ ਥੋੜਾ ਹੀ ਪਾਉਣਾ ਹੈ ਇੰਨਾ ਜਿੰਨਾ ਕ ਆਹ ਦੇਖੋ ਤੁਸੀਂ ਇੰਨਾ ਕ ਰੰਗ ਹੀ ਪਾਉਣਾ ਇਹ گلابی ਆਪਾਂ ਪਾ ਲਿਆ ਇਹਦੇ ਚ ਤੇ ਬਸ ਸੌਖਾ ਤਰੀਕਾ ਭਾਈ ਰੰਗ ਥੋੜਾ ਰੈਡੀ ਆ ਤੇ ਆਹ ਨੀਲ ਜਿ ਰਿਮੂਵ ਦੀ ਜਿਹੜੀ ਸ਼ੀਸ਼ੀ ਆ ਇਹ ਅੱਧੀ ਅੱਧੀ ਕਰਕੇ ਪਾ ਲੈਣੀ ਹੈ ਜਿਵੇਂ ਆਹ ਅੱਧੀ ਇਹਦੇ ਚ ਪਾ ਲਈ ਤੇ ਅੱਧੀ ਹਰੇ ਚ ਪਾ ਲਈ ਆਪਾਂ ਏ ਬਈ ਸਾਰੀਆਂ ਸਟੇਟਾਂ 'ਚ ਹੀ ਮਿਲ ਜਾਂਦਾ ਟੋਟਲੀ ਤਕਰੀਬਨ ਹੀ ਯੂਪੀ 'ਚ ਵੀ ਮਿਲ ਜਾਂਦਾ ਤੇ ਹਰਿਆਣਾ 'ਚ ਵੀ ਮਿਲ ਜਾਂਦਾ ਤੇ ਪੰਜਾਬ 'ਚ ਤਾਂ ਮਿਲ ਹੀ ਜਾਂਦਾਗਾ ਲੋ ਜੀ ਆਪਣਾ ਰੰਗ ਜਿਹੜਾ ਰੈਡੀ ਹੋ ਗਿਆ ਬਸ ਇੰਨਾ ਕੀ ਸੀਗਾ ਇਹ ਬਣ ਗਿਆ ਰੰਗ ਤਾਂ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਬਈ ਲਾ ਕੇ ਕਬੂਤਰਾਂ ਦੇ ਕਿੱਦਾਂ ਦਾ ਲੱਗਦਾ ਲੋ ਵੀ ਜਦੋਂ ਆਪਾਂ ਪਾਲਿਆ ਰੰਗ ਤੇ ਉਹਨੂੰ ਚੰਗੀ ਤਰ੍ਹਾਂ ਹਲਾ ਲਿਓ ਜੇ ਆ ਵੱਡਾ ਕਬੂਤਰ ਆਪਾਂ ਤੁਹਾਨੂੰ ਲਾ ਕੇ ਦਿਖਾਉਣੇ ਆ ਕਿੱਦਾਂ ਦਾ ਲੱਗਦਾ ਆ ਦੇਖੋ ਬਈ ਗੁਲਾਬੀ ਕਲਰ ਬਣ ਗਿਆ ਸੌਖਾ ਤੇ ਜਮਾ ਸਸਤਾ ਤੇ ਬਣ ਵੀ ਛੇਤੀ ਜਾਂਦਾ ਦੇਖੋ ਬਈ ਗੁਲਾਬੀ ਕਲਰ ਬਣ ਗਿਆ ਤੇ ਇਧਰਲੇ ਪਾਸੇ ਆਪਾਂ ਤੁਹਾਨੂੰ ਹਰਾ ਲਾ ਕੇ ਦਿਖਾਉਣੇ ਆ ਇਹ ਲੋਬਰੇ ਤੇ ਸੁੱਕ ਵੀ ਬਈ ਨਾਲ ਦੀ ਨਾਲ ਹੀ ਜਾਂਦਾ ਇਹ ਕਰੋ ਚੈੱਕ ਆ ਹਰਾ ਰੰਗ ਆ ਇਦਰੋਂ ਗਲਾਬੀ ਲੱਗ ਗਿਆ ਬਸ 30 ਮਿੰਟ 30 ਸਕਿੰਟਾਂ ਦੇ ਵਿੱਚ ਸੁੱਕ ਜਾਂਦਾ ਤੇ ਅੱਗੇ ਤੁਹਾਨੂੰ ਆਪਾਂ ਬੱਚੇ ਵਿਖਾਉਣੇ ਜਿਹੜੇ ਆਪਾਂ ਨਿਊ ਛਤਰੀਆਂ ਤੇ ਲਾਉਣ ਲੱਗੇ ਆ ਲਓ ਵੀ ਕਰੋ ਬੱਚੇ ਚੈੱਕ ਜਿਹੜੇ ਆਪਾਂ ਛਤਰੀਆਂ ਤੇ ਹੁਣ ਲਾਉਣ ਲੱਗੇ ਆ ਇਹ ਚ ਬਰੀਡਾਂ ਸਾਰੀਆਂ ਹੀ ਆ ਕੁਝ ਅਜੇ ਬੱਚੇ ਹੋਰ ਭਾਉਣੇ ਸੀਗੇ ਤੇ ਥੋੜੇ ਜੇ ਬੱਚੇ ਭਾਏ ਆ 15-20 ਬੱਚੇ ਤੇ ਬਾਕੀ ਬਾਈ ਪੁੱਛਦੇ ਬੱਚਿਆਂ ਦੀ ਡਿਲੀਵਰੀ ਬਾਈ ਇੰਡੀਆ ਚ ਪੂਰੇ ਚ ਹੀ ਕਰ ਦੇਾਂਗੇ ਡਿਲੀਵਰੀ ਚਾਰਜ ਜਿਹੜਾ ਐਕਸਟਰਾ ਲੱਗੂਗਾ ਤੁਹਾਨੂੰ ਤੇ ਬੱਚਿਆਂ ਦੇ ਪੁੱਛਦੇ ਬਾਈ ਬੱਚੇ ਹਰੇਕ ਨਸਲ ਦੇ ਆਪਾਂ ਤੁਹਾਨੂੰ ਦੇ ਦੇਾਂਗੇ ਠੀਕ ਆ ਵੀਰੇ ਬੱਚਾ ਛਤਰੀ ਤੇ ਲੱਗਿਆ ਵੀ ਦੇ ਦੇਾਂਗੇ ਔਰ ਜਿਹੜਾ ਛਤਰੀ ਤੇ ਆਪ ਲਾਉਣਾ ਉਹ ਵੀ ਦੇ ਦੇਾਂਗੇ ਛੋਟਾ ਬੱਚਾ ਵੀ ਜਿਵੇਂ ਆ ਛੋਟੇ ਛਤਰੀ ਤੇ ਲਾਉਣ ਵਾਲੇ ਬੱਚੇ ਆ ਇਹ ਵੀ ਮਿਲ ਜਾਣਗੇ ਜੇ ਛਤਰੀ ਤੇ ਲੱਗਿਆ ਲੈਣਾ ਔੜਦਾ ਉਹ ਵੀ ਮਿਲ ਜੂਗਾ ਕਿਸੇ ਤਰ੍ਹਾਂ ਦੇ ਵਿੱਚ ਵੱਡਾ ਜੋੜਾ ਲੈਣਾ ਉਹ ਵੀ ਮਿਲ ਜੂਗਾ ਤੇ ਬਾਕੀ ਬਈ ਯਾਰ ਜਰੂਰ ਆਪਣੀ ਸਪੋਰਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿਦਾਂ ਦੀ ਲੱਗੀ ਵੀਡੀਓ